أعوذ بالله من الشيطان الرجيم بسم الله الرحمن गुजारिश है भाई सूरत उल हज का मुताला तकरीबन कर चुके हैं अज आखिरी दरस है तो सूरत उल हज के बारे ये मजीद जेन नशीन कर लो भाई तीन मजमून आप पढ़े ने पूरी सूरत पढ़ चुके हैं तीन मजमून मैं शुरू में गुजारिश की है ਬਈ ਇਸ ਦੇ ਵਿੱਚ ਡਿਸਕਸ ਹੋਣਗੇ ਹਾਂਜੀ ਉਹ ਤਿੰਨ ਮਜ਼ਮੂਨ ਕਿਹੜੇ ਨੇ ਬਈ ਹਸ਼ਰ ਦਾ ਮੈਦਾਨ ਪਹਿਲਾ ਇਹ ਕਿ ਹਸ਼ਰ ਦਾ ਮੈਦਾਨ ਲੱਗਣਾ ਜੇ ਕਬਰਾਂ ਵਿੱਚ ਉਠਣਾ ਔਰ ਤੁਹਾਨੂੰ ਜਵਾਬ ਦੇ ਹੋਣਾ ਪਣਾ ਤਾਂ ਤਿਆਰੀ ਕਰੋ ਹਾਂਜੀ ਦੂਸਰੇ ਦੋ ਮਜ਼ਮੂਨ ਜਿਹੜੇ ਹਨ ਉਹ ਹਨ ਇਬਾਦਤ ਦੇ ਮੁਤਲਕ ਕਿ ਅੱਲਾਹ ਪਾਕ ਹੀ ਮਾਬੂਦ ਹੈ ਦੁਆ ਕਿਸੇ ਕੋਲ ਨਾ ਮੰਗਿਆ ਜੇ ਦੁਆ ਗੈਰ ਉਲਾ ਸ਼ਰਕ ਹੈ ਹਾਂਜੀ ਤੇ ਇਸ ਲਈ ਇਹ ਕਿਸੇ ਨੂੰ ਨਹੀਂ ਦੇਣੀ ਦੁਆ ਤੇ ਨਜ਼ਰ ਦੂਸਰਾ ਮਜ਼ਮੂਨ ਕੀ ਹੈ ਨਜ਼ਰ ਇਬਾਦਤ ਦੇ ਵਿੱਚ ਦੂਸਰਾ ਮਜ਼ਮੂਨ ਕੀ ਹੈ ਨਜ਼ਰ ਮੰਨਤ ਨਹੀਂ ਕਿਸੇ ਦੀ ਮੰਨਣੀ ਜੇ ਨਹੀਂ ਤਾਂ ਮਾਰੇ ਜਾਓਗੇ ਮੰਨਤ ਵੀ ਕੀ ਹੈ ਇਬਾਦਤ ਹੈ ਤੇ ਗੈਰ ਉਲਾ ਦੀ ਇਬਾਦਤ ਹੈ ਸ਼ਿਰਕ ਇਹ ਤਿੰਨ ਮਜ਼ਮੂਨਾਂ ਤੋਂ ਇਲਾਵਾ ਚੌਥਾ ਮਜ਼ਮੂਨ ਹੈ ਸੂਰਤ ਮੁਬਾਰਕਾ ਦੇ ਵਿੱਚ ਕੋਈ ਨਹੀਂ 70 ਆਇਤ ਮੁਤਾਲਾ ਕਰ ਚੁੱਕੇ ਹਾਂ 71 ਨੰਬਰ ਹੈ ਤੇ ਮੁਬਾਰਕਾ ਤੋਂ ਸ਼ੁਰੂ ਕਰਾਂਗੇ ਇਹ ਹੈ ਜ਼ਜਰ ਇਸ ਦੇ ਵਿੱਚ ਕੀ ਹੈ ਜ਼ਜਰ ਜ਼ਜਰ ਕਿਸ ਨੂੰ ਆਖਦੇ ਨੇ ਡਾਂਟ ਨੂੰ ਮੁਸ਼ਰਕੀਨ ਨੂੰ ਡਾਂਟ ਪਲਾਈ ਜਾ ਰਹੀ ਵਯਾਬਦੂਨ ਮਿੰਦੂਨਿਲਲਾਹ ਮਾਲਮ ਯੁਨਜ਼ਲ ਬਹੀ ਸੁਲਤਾਨਾ ਹਾਂਜੀ ਐਸੇ ਦੀ ਇਬਾਦਤ ਕਰਦੇ ਨੇ ਅੱਲਾਹ ਪਾਕ ਤੋਂ ਇਲਾਵਾ ਇਬਾਦਤ ਕਰਦੇ ਨੇ ਔਰ ਸਨਦ ਕੋਈ ਮਾ ਲਮ ਯੁਨਜ਼ਲ ਜਿਸ ਤੇ ਸਨਦ ਨਹੀਂ ਉਤਾਰੀ ਗਈ ਸੁਲਤਾਨ ਨਹੀਂ ਉਤਾਰੀ ਗਈ ਦਲੀਲ ਨਹੀਂ ਉਤਾਰੀ ਗਈ ਬਈ ਦਲੀਲ ਹੋਵੇ ਨਾ ਜਿਸ ਨੂੰ ਉਹ ਤਾਂ ਹੁਣ ਇਹਨਾਂ ਨੇ ਦਲੀਲਾਂ ਬਦਲ ਲਈਆਂ ਨਸਾਰਾ ਨੇ ਕੀ ਕੀਤਾ ਹੈ ਦਲੀਲਾਂ ਬਦਲ ਲਈਆਂ origignal ਟੈਕਸਟ ਬਦਲ ਲਿਆ ਹਾਂਜੀ ਤੇ ਅੱਲਾਹ ਪਾਕ ਫਰਮਾਂਦਾ ਸੁਲਤਾਨ ਕੋਈ ਨਹੀਂ ਪੱਕੀ ਦਲੀਲ ਕੋਈ ਨਹੀਂ ਹਾਂਜੀ ਬਈ ਜਿਹੜੀ ਗੱਲ ਕਰਨ ਹਾਂਜੀ ਦਲੀਲ ਪੱਲੇ ਕੋਈ ਨਹੀਂ ਨਾ ਅਕਲੀ ਨਾ ਨਕਲੀ ਨਾ ਹਾਂਜੀ ਨਾ ਦਲੀਲ ਵਹੀ ਵ ਮਾਲ ਵ ਮਾਲ ਐਸਾ ਲਹੁਮ ਬਹੀ ਮਨ ਇਲਮ ਵ ਮਾਲ ਐਸਾ ਲਹੁਮ ਬਹੀ ਇਲਮ ਔਰ ਇਹਨਾਂ ਕੋਲ ਇਲਮ ਵੀ ਕੋਈ ਨਹੀਂ ਪਿਛਲੀ ਕਿਤਾਬਾਂ ਤੋਂ ਕੋ ਬਾਤ ਚੱਲੀ ਹੁੰਦੇ ਨਾ ਇਲਮ ਵਾਲੀ ਗੱਲ ਕੋਈ ਹਾਂਜੀ ਕਿਸ ਬਾਤ ਤੇ ਇਲਮ ਕੋਈ ਨਹੀਂ ਹਾਂਜੀ ਇਬਾਦਤ ਗੈਰ ਉਲਾ ਤੇ ਇਬਾਦਤ ਗੈਰ ਉਲਾ ਤੇ ਦਲੀਲ ਕੋਈ ਨਹੀਂ ਤੇ ਇਲਮ ਕੋਈ ਨਹੀਂ ਪਿਛਲੀਆਂ ਕਿਤਾਬਾਂ ਦਾ ਵਮਾਲ ਜ਼ਾਲਮੀਨ ਮਨ ਨਸੀਰ और जड़ी गहरुला की इबादत करते न इबादत की मैं तो दस कॉमन चीज़ा दो पाई जाने ने हर मुशरकहरुला मुश्किल कुछ समझेगा और उसकी दुआव करेगा उसकी बर्दाश्त के नजर आ देगा हाँ जी उन्होंने नाते जानवर जिबे करेगा हो नज़र देगा अल्लाह पाक फुरमानदा बह इस जालम का मददगार किस नहीं आना मददगार मतलब सिफारशी किसे ने आखर इनू भोगनी पैनी हाँ जी माले जाल मीन सीर ਪਰ ਮੈਂ ਜਾ ਰਿਹਾ ਅੱਗੇ ਜਜਰ ਹੀ ਚਲਦੀ ਪਈ ਹੈ ਡਾਂਟੀ ਭਾਈ ਜਾ ਤੂੰ ਤਲਾ ਲੈ ਮਾ ਜਾ ਤੂੰ ਨਾ ਬਈਏ ਨਾ ਜਦੋਂ ਇੰਦੇ ਤੇ ਸਾੜੀਆਂ ਖੁੱਲੀਆਂ ਬਾਤਾਂ ਵਾਜ਼ੇ ਬਾਤਾਂ ਪੜੀਆਂ ਜਾਂਦੀਆਂ ਨੇ ਹਾਂਜੀ ਵਾਜ਼ੇ ਬਾਤਾਂ ਕਿਹੜੀਆਂ ਕਲਾਮੁੱਲਾ ਜਦੋਂ ਉਹਨੂੰ ਕੁਰਾਨੇ ਹਕੀਮ ਸੁਣਾਇਆ ਜਾਂਦਾ ਤੇ ਮੁਸ਼ਰਕ ਦੀ ਹਾਲਤ ਕੀ ਹੁੰਦੀ ਏ ਤਾਰਿਫੂ ਵੀ ਵਜੂ ਹਿਲਜ਼ੀਨ ਕਾਫਰੁਲ ਮੁਨਕਰ ਉਹਦੇ ਮੂੰਹ ਦੇ ਅਸਾਰ ਦੱਸਣਗੇ ਬੇਨ ਦੇ 12 ਵਜੇ ਇਹ ਨਰਾਜ਼ ਇਸ ਬਾਤ ਅਕੇ ਇਸ ਬਾਤ ਤੂੰ ਨਾਰਾਜ਼ ਐ ਐ ਤੌਹੀਦ ਬਾਰੀ ਤਾਲਾ ਜਿਹੜੀ ਪੜੀ ਜਾਂਦੀ ਪਈ ਐ ਇਸ ਤੇ ਬਿਆਨ ਕੀਤੀ ਜਾਂਦੀ ਪਈ ਐ ਇਸ ਨੂੰ ਨਾਗਵਾਰ ਗੁਜ਼ਰ ਰਹੀ ਐ ਯਕਾਦੂਨਾ ਯਸਤੂਨਾ ਬਿਲਜ਼ੀਨ ਯਤਲੂਨਾ ਅਲਹਿ ਮਾਇਤਨਾ ਐ ਕਰੀਬ ਐ ਇੰਜ ਮਲੂਮ ਹੁੰਦਾ ਐ ਉਸ ਤੂੰ ਕਾਫਰ ਤੂੰ ਕੀ ਮਲੂਮ ਹੁੰਦਾ ਐ মুশਰਕ ਤੂੰ ਭਈ ਜਦੋਂ ਹੁੰਦੇ ਤੇ ਤੌਹੀਦ ਪੜੀ ਜਾਂਦੀ ਪਈ ਹੋਵੇ ਅੱਲਾਹ ਪਾਕ ਦੀਆਂ ਬਾਤਾਂ ਪੜੀਆਂ ਜਾਂਦੀਆਂ ਪਈਆਂ ਹਮਨ ਮਲੂਮ ਹੁੰਦਾ ਵੀ ਜਿਹੜਾ ਤਾਂ ਪੜਦਾ ਪਿਆ ਐ ਨਾ ਕਲਾਮ ਅੱਲਾਹ ਪੜਦਾ ਪਿਆ ਹੁੰਦੇ ਉੱਠ ਕੇ ਤੇ ਗੱਲ ਪੈ ਜਾ ਗੱਲ ਸਮਝ ਲੱਗ ਗਈ ਇਹ ਹਾਲਤ ਹੁੰਦੀ ਜੇ মুশਰਕ ਦੀ ਕੁੱਲ ਇਹ ਨਬੀ ਇਹਨਾਂ ਦੱਸੋ ਆਫਾ ਨਬੀਕੁਮ ਬਿਸ਼ਰ ਮਿਨ ਜ਼ਾਲਿਕੁਮ ਇਹ ਨਬੀ ਇਹਨਾਂ ਨੂੰ ਦੱਸੋ ਵੀ ਇਸ ਤੋਂ ਵੀ ਜ਼ਿਆਦਾ ਹਾਂਜੀ ਸਖਤ ਚੀਜ਼ ਮੈਂ ਤੁਹਾਨੂੰ ਦੱਸਾਂ ਜਿਹੜੀ ਤੁਹਾਨੂੰ ਨਾਗਵਾਰ ਗੁਜ਼ਰਦੀ ਪਈ ਹੈ ਹੁਣ ਮੈਂ ਤੁਹਾਨੂੰ ਦੱਸਾਂ ਵੀ ਇਸ ਤੋਂ ਜ਼ਿਆਦਾ ਨਾਗਵਾਰ ਕਿਹੜੀ ਚੀਜ਼ ਹੈ ਉਹ ਹੈ ਅਨਾਰ ਉਹ ਜੇ ਅੱਗ ਤੁਹਾਨੂੰ ਅੱਜ ਤੋਹੀਦ ਤੋਹੀਦ ਤੇ ਤੁਹਾਡੇ 12 ਮੱਚੇ ਪੈਣੇ ਨਾ ਤੇ ਉਹ ਜੇ ਅੱਗ ਵਾਦ ਹੱਲਾ ਉਨ ਦਾ ਵਾਦਾ ਜੇ ਅੱਲਾ ਦਾ ਤੁਹਾਡੇ ਨਾਲ ਕਿਸ ਦਾ ਇਹ ਹਾਦੀ ਜ਼ਮੀਰ ਕਿੱਧਰ ਗਈ ਨਾਰ ਵਾਲ ਅੱਗੇ ਬੱਲਾ ਦਾ ਵਾਦਾ ਆ ਜੇ ਤੁਹਾਡੇ ਨਾਲ ਅਲਲਦੀਨ ਕਫਰੂ ਜਿਨਾਂ ਨੇ ਕਫਰ ਕੀਤਾ ਉਹਨਾਂ ਦੇ ਨਾਲ ਕਫਰ ਵਾਲੇ ਜਿਹੜੇ ਪਿੱਛੇ ਜਿਹੜੇ ਤੋਹੀਦ ਸੁਣ ਨਹੀਂ ਸਕਦੇ ਬੇਅਸਲ ਮਸੀਹ ਤੇ ਉਹ ਉੱਥੇ ਲੋਟਣ ਦੀ ਬੜੀ ਭੜੀ ਜਾਵੇ ਅੱਗ ਤੋਂ ਬੜੀ ਚੀਜ਼ ਜੋ ਜਿਹੜਾ ਕੁਝ ਦੱਸਿਆ ਬਾਰੀ ਤਾਲਾ ਨੇ ਦੋਜ਼ਖ ਦੇ ਬਾਰੇ ਸਿਫਾਤ ਦਸੀਆਂ ਨੇ ਉਸ ਤੋਂ ਵੱਡੀ ਚੀਜ਼ ਕਿਹੜੀ ਹੋ ਸਕਦੀ ਹੈ ਅੱਛਾ ਜੀ अगे मिसाल दे के इस दुआ का शिरक फिर दुआ का रद्द किया गया जेडे लोग दुआ देर उ शरीक करते हैं हाँ जी बाहरी त हूँ तुम वेखो भी उधरू अल्लाह को दुआव करते हैं उधरू मखलू को दुआव करते हैं यह मतलब साफ जो अनास या या ए लोवो दोरे बा मासल एक मिसाल बयान करती जाती है फस में लाऊ उन्होंने जरा कह ला के सुनो

ਇਹ ਦਾਖਦੇ ਨਾ ਭਾਈ ਇਹ ਬੁਤਾਂ ਨਹੀਂ ਆਏ ਤਾਂ ਸਾਡੇ ਤੇ ਫਿੱਟ ਕਰਦੇ ਹੋ ਇਹਨਾਂ ਨੂੰ ਆਹ ਚਲੋ ਜੀ ਤੁਹਾਡੇ ਤੇ ਫਿੱਟ ਨਹੀਂ ਹੁੰਦੀਆਂ ਭਈਆਂ ਤੁਸੀਂ ਇਹ ਦੱਸੋ ਕੋਈ ਕੋਈ ਕਬਰ ਵਾਲੇ ਦੀ ਆਹ ਬਖਾਓ ਕਿਹੜੀਆਂ ਕੜ ਕਿ ਮੱਖੀਆਂ ਬਣਾਈਆਂ ਨੇ ਕਿੰਨੀ نسل ਦੀਆਂ ਬਣਾਈਆਂ ਸੀ ਹਾਂਜੀ ਚਲੋ ਦੱਸ ਦਿਓ ਭਾਈ ਤੁਸੀਂ ਅਸੀਂ ਨਹੀਂ ਫਿੱਟ ਕਰਦੇ ਅਸੀਂ ਫਿੱਟ ਨਹੀਂ ਕਰਦੇ ਤੁਸੀਂ ਦੱਸੋ ਨਾ ਫਲਾਣੀ ਬਲਾਨੀ ਮੱਖੀਆਂ ਦੀ ਮਗਲੂਕ ਬਾਬਾ ਜੀ ਸਰਕਾਰ ਦੀ ਹੈ ਯਾਰ ਕੈਸਾ ਬੇਵਕੂਫ ਬਣਾਇਆ ਇਹਨਾਂ ਨੇ ਆਣ ਇਸਲਾਮ ਦੇ ਨਾਂ ਤੇ ਦੱਬਾ ਬਣੇ ਨੇ ਹਾਂਜੀ ਅਸਲ ਇਹਨਾਂ ਨੂੰ ਡਾਉਣਾ ਚਾਹੀਦਾ ਅੱਗੇ ਉਹ ਜਿਹੜੇ ਮਜ਼ਾਹਿਲ ਹੁੰਦੇ ਪੈਨ ਹਾਂਜੀ ਵੇਖਣ ਇਹ ਇੱਥੇ ਸਾਡੇ ਲਈ ਮੁਸੀਬਤ ਬਣੇ ਬਾਲਾ ਵੇਚਦਾ ਮਾਬੂਲਾ ਹੂ ਅੱਛਾ ਇਹ ਸਾਰੇ ਤੁਹਾਡੇ ਮੁਸ਼ਕਲ ਕੁਸ਼ਾ ਭਾਵੇਂ ਇਕੱਠੇ ਹੋ ਜਾਮਾ ਅੱਛਾ ਪੰਜ ਸੱਤ ਕਬਰਾਂ ਨੂੰ ਇਕੱਠਾ ਕਰ ਲਵੀਂ ਫੇਰ ਕੋਈ ਤਰ ਅੱਲਾ ਮਾਰ ਲੈ ਸੈ ਹਾਂਜੀ ਇਵੇਂ ਉਹ ਬੁੱਤਾਂ ਦਾ ਢੇਰ ਲਾ ਦਿਓ ਕੋਈ ਨਹੀਂ ਬਣਾ ਸਕਦਾ ਹਾਂਜੀ ਵਾਹ ਯਸ ਲੋਬ ਮਮ ਹਮੁ ਜ਼ਬਾਬੁ ਸ਼ਾਇਆ ਅਗਰ ਕੋਈ ਜ਼ਰਰਾ ਵੀ ਇਹਨਾਂ ਕੋਲ ਖੋ ਕੇ ਲੈ ਜਾਵੇ ਮੱਖੀ ਹਾਂਜੀ ਬਾਬੇ ਦੀ ਨਜ਼ਰਾਂ ਦਾ ਥਾਲ ਪਿਆ ਹੋਵੇ ਐਂਦੇ ਸਮਝੋ ਉਹ ਜਿਹੜਾ ਉੱਥੇ ਜਾ ਕੇ ਥਾਲ ਰੱਖਦੇ ਜੇ ਜ਼ਰਦੇ ਵਾਲਾ ਹਾਂਜੀ ਬਈ ਫੇਰ ਆਣ ਕੇ ਵੰਡਾਂਗੇ ਜੱਲ ਸਰਾ ਪਿਆ ਰਹੇ ਕਬਰ ਦੇ ਕੋਲ ਬਰਕਤ ਪੈ ਜਾਸੀ ਫੇਰ ਤਬਰਕ ਹੋ ਬਣ ਜਾਸੀ ਅੱਛਾ ਉਹਦੇ ਵਿੱਚੋਂ ਕੋਈ ਮੱਖੀ ਉੱਡਦੀ ਆ ਕੋਈ ਇੱਕ ਚਾਵਲ ਚਾਹ ਕੇ ਲੈ ਜਾ ਬਾਬਾ ਛੁਡਾ ਲੈਸੀ ਹਾਂਜੀ ਫੇਰ ਆਂਦੇ ਨੇ ਜੀ ਸਾਡੇ ਬਜ਼ੁਰਗਾਂ ਦਾ ਇਹ ਨਾ ਵੇਖੋ ਉਹ ਅੱਲਾ ਦੇ ਬੰਦੇ ਜਾਂਦੀ ਕਰੋ ਜਾਂਦੀ ਕਰੋ ਕਿਉਂ ਇਸਲਾਮ ਦੇ ਨਾਂ ਤੇ ਤੱਬਾ ਬਣ ਗਏ ਉਹ जी अगर मक्खी कुछ भी खो के ज़ू मेन हो छुड़ा नहीं छुड़ा लें बबे जुतियां भी उड़ फिर वापस ले यार एडे एडे हिंदुआ वापस ले आदियां मखी को छुड़ा नहीं सदी अल्लाह अकबर कबीर कैसा कमजोर के गैर उल्लाई खड़ा ਅਕਲ ਦਾ ਮਾਰਿਆ ਹੋਇਆ ਮਖਲੂਕ ਕੋਲ ਕਬਰ ਦੇ ਵਿੱਚ ਪਿਆ ਕੋਲ ਔਲਾਦ ਮੰਗੀ ਜਾਂਦਾ ਹੈ ਜੀ ਤੇ ਵੱਲ ਮਤਲੂਬ ਤੇ ਜਿੰਨੇ ਕੋਲ ਮੰਗਦਾ ਪਿਆ ਉਹ ਵੀ ਕਮਜ਼ੋਰ ਉਹ ਵੀ ਮਖਲੂਕ ਜੀ ਉਹ ਵਿਚਾਰਾ ਆਪਦੇ ਆਲਮ ਬਰਜ਼ਖ ਹੈ ਜਪਿਆ ਹੋਇਆ ਹੈ ਜਾਵ ਫਤਾਲਬ ਵੱਲ ਮਤਲੂਬ ਜੀ فرمایا ਜਾ ਰਿਹਾ ਮਾ ਕਦਰੁਲਲਾ ਹੱਕਾ ਕਦਰ ਇਹਨਾਂ ਅੱਲਾਹ ਦੀ ਕਦਰ ਨਹੀਂ ਜਾਣੀ ਅੱਲਾਹ ਦੀ ਕੁਦਰਤ ਨਹੀਂ ਪਹਿਚਾਣੀ ਜੀ ਜਿਵੇਂ ਪਹਿਚਾਣਨ ਦਾ ਹੱਕ ਹੈ ਇਹਨਾਂ ਨੂੰ ਪਤਾ ਹੁੰਦਾ ਤਾਂ ਇਹ ਕਦੇ ਅੱਗੇ ਨਾ ਜਾਂਦੇ ਹਾਂਜੀ ਜਿਹੜੇ ਦਰਦਰ ਦੇ ਧੱਕੇ ਖਾਂਦੇ ਫਿਰਦੇ ਨੇ ਇਹਨਾਂ ਨੂੰ ਸਾਡੀ ਕੁਦਰਤਾਂ ਦਾ ਹੀ ਨਹੀਂ ਪਤਾ ਇਨ ਲਾਹ ਲਕਵੀਨ ਅਜ਼ੀਜ਼ ਜੁਮਲਾ ਇਸਮੀਆਂ ਉੱਤੇ ਇਹਨਾਂ ਦਾਖਲ ਹੈ ਅੱਲਾਹ ਪਾਕ ਕਵੀ ਹੈ ਗ਼ਾਲिब ਇਹਦੇ ਵਿੱਚ ਕੋਈ ਸ਼ੱਕ ਨਾ ਕਰੋ ਇਸ ਲਈ ਅੱਲਾਹ ਪਾਕ ਨੇ ਕੀ ਹੈ ਕੋਈ ਬਾੰਬੇਲੀ ਨਹੀਂ ਰਖੇ ਤੇ ਦੁਆਵਾਂ ਹੁੰਦੇ ਲਈ ਮੁਖਤਸ ਕਰੋ ਨਜ਼ਰਾਂ ਹੁੰਦੇ ਲਈ ਮਖਤਸ ਕਰੋ ਅੱਛਾ ਜੀ ਅਗਲੀ ਆਇਤੇ ਮੁਬਾਰਕਾ ਦੇ ਵਿੱਚ ਇੱਕ ਸਵਾਲ ਹੈ মুশਰੀਕੀਨ ਦਾ ਸਵਾਲ ਕੀ ਹਾ ਬਈ ਵੇਖੋ ਜੀ ਇਹ ਫਰਿਸ਼ਤੇ ਫਰਿਸ਼ਤੇ ਜਿਹੜੇ ਹਨ ਫਰਿਸ਼ਤਿਆਂ ਨੂੰ ਕੀ ਆਖਦੇ ਹਨ ਇਹ ਅੱਲਾਹ ਪਾਕ ਕੋ ਸਬ ਬੇਟੀਆਂ ਬਣਾਇਆ ਹੋਇਆ ਅੱਲਾਹ ਪਾਕ ਨੇ ਤੇ ਉਹਨਾਂ ਕੋਲੋਂ ਨਾ ਸਾਨੂੰ ਸਫਾਰਿਸ਼ ਕਰਕੇ ਸਾਡਾ ਕੰਮ ਕਰਾ ਕੇ ਦਿੰਦੇ ਨੇ ਆ ਸਾਡੇ ਅਬੇਲੀ ਦਰਬਾਰਾਂ ਵਾਲਿਆਂ ਨੂੰ ਅੱਲਾਹ ਪਾਕ ਨੇ ਰੱਖਿਆ ਹੋਇਆ ਫਾਇਲਾ ਉਹਨਾਂ ਤੱਕ ਪਹੁੰਚਾਓ ਉਹ ਅੱਲਾਹ ਪਾਕ ਕੋ ਹਸਨ ਕਰਾ ਦਿੰਦੇ ਨੇ ਹਾਂਜੀ ਫਰਮਾਇਆ ਜਾ ਰਿਹਾ ਹੈ ਕਿ ਉਹਨਾਂ ਦਾ ਜਵਾਬ ਦਿੱਤਾ ਜਾ ਰਿਹਾ ਹੈ ਸਹਿਤ ਮੁਬਾਰਕਾ ਅੱਲਾ ਹਯਸਤਫੀ ਮਨਲ ਮਲਾਇਕਾ ਅੱਲਾ ਚੁਣ ਲੈਂਦਾ ਹੈ ਮਲਾਇਕਾ ਵੀ ਚੁੱਕੀ ਰਸੂਲਾ ਉਹ ਰਸੂਲ ਚੁਣਦਾ ਹੈ ਸਫਾਰਸ਼ੀ ਨਹੀਂ ਚੁਣਦਾ ਐ ਸਮਝੋ ਅਵਲਿਆ ਨਹੀਂ ਚੁਣਦਾ ਭਈ ਉਹਨਾਂ ਨੂੰ ਤੁਸੀਂ ਮੁਸ਼ਕਲ ਕੁਸ਼ਾ ਆਖੋ ਬੇਟੀਆਂ ਨਹੀਂ ਚੁਣਦਾ ਉਹ ਕੀ ਏ ਉਹਨਾਂ ਨੂੰ ਰਸੂਲ ਚੁਣਦਾ ਉਹਨਾਂ ਦੇ ਜ਼ਰੀਏ ਪੈਗਾਮ ਪਹੁੰਚ ਜਾਂਦਾ ਵਾ ਮੇਨਾਂ ਨਾਸ ਤੇ ਲੋਗਾ ਮਿਚੂ ਵੀ ਹੈ ਹਾਲ ਜਿੰਨੇ ਹੁੰਦੇ ਨੇ رسول ਹੁੰਦੇ ਨੇ ਮੁਸ਼ਕਲ ਕੁਛ ਆਈ ਵਾਸਤੇ ਨਹੀਂ ਹੁੰਦੇ ਇਨ ਲਲਾ ਹਸਮੀਨ ਬਸੀਰ ਬੇਸ਼ੱਕ ਅੱਲਾ ਸੁਣਨ ਵਾਲਾ ਜਾਣਨ ਵਾਲਾ ਹੈ ਵੇਖਣ ਵਾਲਾ ਹੈ ਇਸ ਲਈ ਅੱਲਾ ਨੂੰ ਗਵਾਹੀਆਂ ਦੀ ਕਿਹੜੀ ਲੋੜ ਕੋਈ ਫਰਿਸ਼ਤਾ ਦੱਸੇਗਾ ਅੱਲਾ ਨੂੰ ਜਾ ਕੇ ਵੇ ਅੱਲਾ ਪਾਕ ਫਲਾਣਾ ਬੰਦਾ ਮੇਰੇ ਕੋਲ ਆਇਆ ਸਫਾਰਿਸ਼ ਲੈ ਕੇ ਹੁੰਦੀ ਹੈ ਸਫਾਰਿਸ਼ ਬਣਦੀ ਹੈ ਕਿ ਨਹੀਂ ਬਣਦੀ ਉਹਦਾ ਕੰਮ ਕਰਨਾ ਬਣਦਾ ਹੈ ਕਿ ਨਹੀਂ ਬਣਦਾ ਇਨ ਅੱਲਾਹ ਸਮੀਅ ਵਸੀਰ ਹਾਂਜੀ ਅੱਲਾ ਹੀ ਸੁਣਨਾ ਯਾ ਅਲਮ ਮਾ ਬੈਨ ਉਹ ਹੀ ਚੱਲਦਾ ਪਿਆ ਜਵਾਬ ਹੀ ਯਾ ਅਲਮ ਮਾ ਬੈਨ ਐਦੀ ਹਮ ਵਮਾ ਖਲਫ ਹਮ ਉਹ ਬਾਰੀ ਤਾਲਾ ਜਾਣਦਾ ਹੈ ਜਿਹੜਾ ਉਹਨਾਂ ਦੇ ਸਾਹਮਣੇ ਤੇ ਉਹਨਾਂ ਦੇ ਪਿੱਛੇ ਹਾਂਜੀ ਬਾਰੀ ਤਾਲਾ ਨੂੰ ਬੜਾ ਪਤਾ ਹਾਂਜੀ ਸ਼ਾਫੇ ਦੇ ਬਾਰੇ ਵੀ ਪਤਾ ਤੇ ਮਸ਼ਫੂਦ ਦੇ ਬਾਰੇ ਵੀ ਪਤਾ ਜਿੰਨੇ ਸਫਾਰਿਸ਼ ਕਰਨੀਆਂ ਤੇ ਜਿੰਨੇ ਦੀ ਸਫਾਰਿਸ਼ ਹੋਣੀ ਹੈ ਉਹਦੇ ਬਾਰੇ ਵੀ ਪਤਾ ਹਾਂਜੀ ਵੈਲਾ ਅੱਲਾ ਤੁਰ ਜਾਉ ਅਲਮ ਸਾਰੇ ਕੰਮ ਅੱਲਾ ਦੇ ਹੱਥੇ ਚ

वस जदू सजदे करो वाह बदू रबा कुम और अपने रब की इबादत करो वफ आलूल खैरा इबादत बच्चे सारिया किस्म दो आ गई वफ आलूल जिन्हें काम ने इबादत ही ने वफ आलूल खैरा भी मजीद तकीर कर दी भलाई दे काम करो वफ आल उल खैरा लाल ला कुम तो तुफ लेकिन कामयाब हो जाओ वजाह हक आ जहाद ही और अल्लाह के रस्ते जहाद करो जिमें जहाद कर हक है हूँ की हक है अगे ਬਟਨ ਖੋਲ ਕੇ ਪੈ ਜਾਓ ਆ ਸਾਇੰਸਦਾਰ ਪੜਾ ਕਰੋ ਹਾਂਜੀ ਤੇ ਜਦੋਂ ਮਿਜ਼ਾਇਲ ਬਣਾ ਲਓ ਨਾ ਤੇ ਫਿਰ ਅੰਗਦਰ ਕੋਠਿਆਂ ਦੇ ਵਿੱਚ ਬਾਹ ਕੇ ਨਾ ਤਸਬੀਹ ਫੜ ਲਈ ਕਰੋ ਹਾਂਜੀ ਤੇ ਡਰਦੇ ਰਹਿ ਕਰੋ ਨੂੰ ਚਲਾਉਣਾ ਨਹੀਂ ਹਾਂਜੀ ਚਲਾਉਣ ਦੀ ਗੱਲ ਹੀ ਨਹੀਂ ਕਰਨੀ ਹਾਂਜੀ ਦੁਸ਼ਮਣ ਤੁਹਾਡੀਆਂ ਭਾਵੇਂ ਦੀਆਂ ਮਾਰੇ ਤੁਹਾਡੀਆਂ ਬੁੜੀਆਂ ਮਾਰੇ ਤੁਹਾਡੇ ਬੱਚੇ ਮਾਰੇ ਤੁਸੀਂ ਅੱਗੂ ਗੱਲ ਨਹੀਂ ਕੋਈ ਕਰਨੀ ਤੁਸੀਂ ਮੂੰਹ ਦੇ ਉੱਤੇ ਨਾ ਲਾ ਲੈਣੀ ਆਪਣੇ ਟੇਪ ਲਾ ਲੈਣੀ ਹੈ ਹਾਂਜੀ ਤੁਦੀ ਮੈਨੂੰ ਦੱਸੋ ਹਾਂਜੀ ਅਗਾ ਕਿਉਂ ਨਹੀਂ ਡੁਕਦੀ ਭਾਈ ਅਗਾ ਕਿਉਂ ਨਹੀਂ ਘਰ ਬੈਠਾ ਹੈ ਕੌਣ ਆ ਗਿਆ ਜੀ ਤਯੇਬ ਉਰਦਵਾਨ ਆ ਗਿਆ ਜੀ ਇਹ ਕੌਣ ਆ ਗਿਆ ਜੀ ਰਾਣਾ ਗਿਆ ਜੀ ਇਹ ਕੌਣ ਆ ਗਿਆ ਜੀ ਸੌਧਿਆ ਅਸੀਂ ਆਉਂਦੇ ਪਰ ਅਸੀਂ ਆਉਂਦੇ ਹੁਣ ਮਾਰ ਉਹ ਫਿਰ ਮਜ਼ਾਜ ਮਾਰ ਦੇਣਾ ਸੋ ਬੱਚਾ ਮਾਰ ਕੇ ਪਰਾਂਗਾ ਉਹ ਭਾਈ ਸਾਹਿਬ ਹਾਂਜੀ ਤੇ ਇਹ ਹੁਣ ਜੋ ਹਾਲਾਤ ਹੈ ਨਾ ਇਸ ਟਾਈਮ ਮਸਲਨ ਆਵਾਮ ਵਿਚਾਰੀ ਪਰੇਸ਼ਾਨ ਆਵਾਮ ਦੀ ਪਰੇਸ਼ਾਨੀ ਦੀ ਕੋਈ ਨਹੀਂ ਲੋਰ ਹਾਂਜੀ ਇਹਨਾਂ ਹੁਕਮਰਾਨਾਂ ਨੂੰ ਪੁੱਛਿਆ ਜਾਣਾ ਤੇ ਇਹ ਸਾਰੇ ਮੈਨੂੰ ਤਾਂ ਇਹ ਡਰ ਆ ਜਿਹੜੇ ਹੁੰਦਾ ਪਿਆ ਨਾ ਕਤਲੇਆਮ ਮੁਸਲਮਾਨਾਂ ਦਾ ਅੱਛਾ ਤੁਸੀਂ ਮੈਨੂੰ ਦੱਸੋ ਡਫਰਾਂ ਇਹ ਜਿਹੜੇ ਵੱਡੇ ਡਫਰ ਨੇ ਨਾ ਆ ਜਿਹੜੇ ਸਾਰੇ ਬੈਠੇ ਨੇ ਉੱਤੇ ਆਖੇ ਇਹ ਕੌਣ ਹੈ ਜੀ ਅਮਰੀਕਾ ਦਾ ਪ੍ਰੈਜ਼ੀਡੈਂਟ ਇਹ ਬੜਾ ਉਹਨੂੰ ਕਿ ਸੱਦਨ ਉੰਜੇ ਬਣੇ ਖਲੋਤੇ ਨੇ ਵੀ ਅਸੀਂ ਚੈਂਪੀਅਨ ਆ ਕਿਸ ਦੇ ਐਸਾ ਇਸ ਦੇ ਜਿਹੜੇ ਹੁੰਦਾ ਹੈ ਇਨਸਾਨੀ ਹਕੂਕ ਦੇ ਇਹ ਇਨਸਾਨੀ ਹਕੂਕ ਦੇ ਚੈਂਪੀਅਨ ਉਹ ਰਹਣਾ ਤੇ ਤੁਹਾਡੇ ਤੇ ਬੇਸ਼ੁਮਾਰ ਲਾਂਦੀਆਂ ਇਹ ਬੱਚੇ ਮਾਰਨਾ ਇਨਸਾਨੀ ਹਕੂਕ ਦੇ ਹੱਕ ਚ ਹੀ ਖਿਲਾਫ ਹੈ ਹਾਂਜੀ ਤੁਸੀਂ ਅੰਦਾਜ਼ਾ ਲਾ ਲ ਤੇ ਹਾਲਾਤ ਆਏ ਮੁੰਜਾ ਅਖਦੇ ਪੈ ਸऊदीਆ ਨੇ ਅੰਜਾਖ ਦਿੱਤਾ ਸऊदीਆ ਨੇ ਅੰਜਾਖ ਦਿੱਤਾ ਸऊदीਆ ਨੇ ਅੰਜਾ ਉਹ ਮਲਵੀ ਨੂੰ ਕੱਢ ਦਿੱਤਾ ਇਮਾਮੇ ਕਾਬਾ ਨੂੰ ਕੱਢ ਦਿੱਤਾ ਭਾਈ ਸਾਹਿਬ ਸੁਣੀ ਜਾਓ ਜਿਨ੍ਹਾਂ ਨੇ ਲੀਡ ਕਰਨਾ ਹੈ ਉਹ ਸੁਲੇਮਾਨ ਅਖਾਣ ਆ ਗਿਆ ਸੁਲੇਮਾਨ ਆ ਗਿਆ ਤੇਰੇ ਐਸੀ ਤੈਸੀ ਸੁਲੇਮਾਨ ਆ ਗਿਆ ਸੁਲੇਮਾਨ ਆ ਗਿਆ ਤੇ ਉੱਥੇ ਅਖੇ ਜੀ ਉਹ ਪਾਣੀ ਤੇ ਨਾ ਇੱਕ ਐਸੀ ਸ਼ਾਇਬ ਸਮੁੰਦਰ ਤੇ ਚਲਾਉਣੀ ਹੈ ਜਿੰਦੇ ਵਿੱਚ ਸਾਰਾ ਕੁਝ ਹੋਸ ਹੈਂ ਜੀ ਵਿੱਚ 5 ਸਟਾਰ ਹੋਟਲ ਹੋਸਣ ਰਕਸ ਉਸ ਰੂਰ ਦੀਆਂ ਮਹਿਫਲਾਂ ਹੋਸਣ ਤੇ ਸਾਰਾ ਕੁਝ ਹੋਸੀ ਕਸੀਨੋ ਹੋਸਣ ਤੁਸੀਂ ਅੰਦਾਜ਼ਾ ਲਾ ਲਓ ਭਈ ਇੱਕ ਜਿੰਨਾ ਪੈਸਾ ਉਹਨਾਂ ਨੇ ਉੱਥੇ ਲਾਉਣਾ ਹੈ ਨਾ ਉਹ ਵਿਚਾਰਿਆਂ ਉਹਨਾਂ ਨੂੰ ਆਖ ਬੱਸ ਕਰੋ ਮੀਆਂ ਹਾਂਜੀ ਇਹ ਰੋਜ਼ ਦੇੜੀ ਸਾਡੇ ਕੋਲ ਬਸਤੀ ਨਹੀਂ ਹੁੰਦੀ ਤੁਸੀਂ ਸਾਰੇ ਫਲਸਤੀਨ ਉੱਡ ਕੇ ਤੇ ਉੱਥੇ ਲੈ ਜਾਓ ਤੇ ਬਾਹਰ ਉਸ ਸ਼ਹਿਰ ਦੇ ਵਿੱਚ ਕਰੋ ਹਾਂਜੀ ਕਰ ਸਕਦੇ ਨੇ ਕਿ ਨਹੀਂ ਨਾ ਕੋਈ ਲੜਾਈ ਨਾ ਕੋਈ ਗੱਲ ਨਾ ਕੋਈ ਬਾਤ ਲੈ ਗਣ ਹਾਂਜੀ ਅੱਲਾਹ ਬਾਹ ਕਿੱਥੋਂ ਵਖਾਵੇ ਕਿੱਥੋਂ ਇਹ ਸਾਰੇ ਉਜ਼ਰ ਮਿਟਦੇ ਪੈਣੇ ਜਿੰਨੇ ਵੀ ਅਰਬਾ ਹੋਣਾ ਤੁਹਾਡਾ ਜ਼ਬਾਨਾਂ ਸੀਪੀਆਂ ਪਈਆਂ ਨੇ ਹੁਕਮਰਾਨਾ ਹੋ ਇਹ ਤੁਹਾਡੇ ਉਜ਼ਰ ਮਿਟਾ ਰਿਹਾ ਜੇ ਬਾਰੀ ਤਾਲਾ ਹਾਂਜੀ ਤੇ ਔਰ ਤਿਆਰੀ ਵਟ ਲੋ ਹਾਂਜੀ ਇਹ ਕਿੱਥੇ ਕਿੱਥੇ ਡੰਮ ਲੱਗਣੇ ਨੇ ਹਸ਼ਰ ਦੇ ਮੈਦਾਨ ਵਿੱਚ 50000 ਸਾਲ ਉੱਥੇ ਨਹੀਂ ਕਿਸੇ ਨੇ ਵੇਖਣਾ ਭਈ ਇਹ ਆਲੇ ਸੌਦੀ ਚ ਸੁਲੇਮਾਨ ਹਾਂਜੀ ਤੇ ਸੁਲਮਾਨ ਤੇ ਇਹ ਬੜਾ ਉਹਨੂੰ ਕੀ ਸਦਨਾਂ ਜੀ ਖੈਰਾਤ ਵੀ ਕਰ ਦਿੰਦਾ ਹਾ ਬੇਈਮਾਨ ਵੀ ਹਾ ਆਈਜੀ ਬੇਈਮਾਨਾਂ ਦਾ ਹਾ ਅਮਰੀਕਾ ਦਾ ਪਹਿਲੇ ਨੰਬਰ ਤੇ ਨੌਕਰ ਆ ਅਸਲੀ ਛੱਡ ਦਿਓ ਉੱਥੇ ਤੇਰੇ ਜਿਹੜੇ ਮਿਚ ਲਛਣ ਵਾਹ ਤਬਾਗੁਮ ਅੱਛਾ ਜੀ ਬਜਾਹਦੁ ਫਿਲਲਾਹ ਹੱਕਾ ਜਿਹੜੇ ਬਥੇਰੀ ਇੰਨੇ ਜ ਸੁਣ ਲਮਣ ਜ਼ਾਲਮ ਤਾਂ ਹਾਂਜੀ ਕੋਈ ਤਰਜਮਾ ਦਰਜਾ ਉੱਥੇ ਪਤਾ ਨਹੀਂ ਇਹ ਸਾਰਾ ਕੁਝ ਸੁਣਦੇ ਨੇ ਜਾਣ ਕੇ ਰੈੱਡੇ ਬਣੇ ਹੋਏ ਨੇ ਵਾਹ ਤਬਾਗੁਮ ਨੇ ਤੁਹਾਨੂੰ ਚੁਣ ਲਿਆ ਕਿੰਨੂੰ ਚੁਣ ਲਿਆ ਹਾਂਜੀ ਓ ਚੁਣਿਆ ਹੋਿਆਂ ਦੇ ਹਾਲ ਵੇਖ ਲੋ ਹਾਂਜੀ ਉਹ ਵਾਝ ਤਬਾਕੋਂ ਵਮਾ ਜਾਲ ਅਲੈਕੁਮ ਫਿਦ-ਦੀਨ ਮਿੰ ਹਰਜ ਔਰ ਦੀਨ ਦੇ ਵਿੱਚ ਕੋ ਅੱਲਾ ਨੇ ਸ਼ਕਤੀ ਤਾਂ ਨਹੀਂ ਰੱਖੀ ਕੀ ਨਹੀਂ ਕਰ ਸਕਦੇ ਹਾਂਜੀ ਥੋੜੀਆਂ ਸ਼ਰਾਬਾਂ ਪੀ ਲੋ ਹਾਂਜੀ ਥੋੜੀਆਂ ਯਾਸ਼ੀਆਂ ਕਰ ਲੋ ਦੋ ਚਾਰ ਕਿਸਿੰਨੋ ਨਾ ਬਣਾਓ ਤੇ ਉਹਨਾਂ ਵਿਚਾਰਿਆਂ ਦਾ ਧਿਆਨ ਰੱਖੋ ਹਾਂਜੀ ਉਹ ਆਪਣੇ ਆਕਾ ਨੂੰ ਆਖੋ ਅਮਰੀਕਾ ਨੂੰ ਭਾਈ ਯਾਰ ਇਹਨਾਂ ਨੂੰ ਖੁਲਵਾ ਤੇ ਉਹਨਾਂ ਨੂੰ ਲੈ ਜਾਓ ਬਾਹਰ ਹਾਂਜੀ ਉਹ ਕੁਛ ਤਾਂ ਮੁਕਾਲਾ ਮੜਨ ਨੂੰ ਬੰਦ ਕਰ ਦਿਓ ਕਿ ਸਾਰੇ ਮੁਕਾਲੇ ਤੁਹਾਡੇ ਹੱਥੇ ਚਾਉਣੇ ਨੇ ਹਾਂਜੀ मिलता बी कुम इब्राहिम यह कह सीधा जहा है इब्राहिम अलतलाम दीन चली आमी है वो मुसलमीन मेन कबलो वफी हाजा उन्हें पहले भी तो नाम मुसलमान मुसलमान की फर्मा बरदार जे अल्लाह के फर्मा बरदार हूँ भी उन्हें मुसलमान रखे लेकून रसूलो शहीदन रसूल ने ते तो दे देनी जी लोगों पर गवाई देनी है हाँ जी रसूल ने खिलाफ गवाही देनी लोगों के खिलाफ गवाई देनी है ਹਾਂਜੀ ਤੇ ਆ ਬੱਚਿਆਂ ਨੇ ਫਲਸਤੀਨ ਦੇ ਨੇ ਕਿੰਨੇ ਕਿੰਨੇ ਖਿਲਾਫ ਗਵਾਹੀ ਦੇਣੀ ਹਾਂਜੀ ਬੜਾ ਨੰਬਰ ਤਾਂ ਉਹ 사ウਦੀਆ ਦਾ ਚੌਧਰੀ ਤਯੇਬ ਸਾਹਿਬ ਜਿਹੜੇ ਮੱਛਾ ਮੈਂ ਜ਼ਿੰਦਾ ਹਾਂ ਹੱਲੇ ਤੇ ਜ਼ਿੰਦਾ ਤੇ ਤੂੰ ਕੀ ਖੌਣ ਖੁੱਤੀ ਖਲੋਤਾ ਆਏ ਬੇਵਕੂਫ ਬਣਾਈ ਖਲੋਤੇ ਨੇ ਹਾਂਜੀ ਉਦੋਂ ਤਾਂ ਤੈਨੂੰ ਬੜਾ ਯਾਦ ਆ ਗਿਆ ਵੀ ਆਵਾਮ ਨੂੰ ਲੜਕਾਰਨਾ ਮੈਨੂੰ ਲੈ ਗਿਆ ਲੈ ਗਿਆ ਲੈ ਗਿਆ ਹਾਂਜੀ ਤੇ ਹੁਣ ਕਿਉਂ ਸੁੱਤਾ ਪਿਆ ਉਡੀਕਦਾ ਪਿਆ ਮੈਂ ਸਾਰੇ ਮਾਰ ਲਵਾਂ वो दिन जी आखे जरा है जी फला आखता पा मौलवी जी आ मौल तुला है तो फलाना है तो फलाना है फलाना चल मारी रखो नारे घर बैठे उन्हें तो कोई फायदा कोई नहीं है अच्छा जी फाकी मुसल्ह नमाज कैम करो वाह तु जका ज़क़ात दौ वाह बिल्ला और अल्लाह दे कुरान दे नाल दा मतलब अल्लाह के चिमट जाओ अल्लाह के अकाम न कुरान चिमट जाओ गलियां करो अजय सारा तना ना बन जाओ ਹਾਂਜੀ ਤੇ ਅਸੀਂ ਤੋਂ 800 ਕਰੋੜ ਗੁਣਾ ਉਹਨਾਂ ਤੋਂ ਵੱਧ ਗਿਆ ਤਈਆਂ ਵਾਲੇ ਤਰਫੋਂ ਦੇ ਪਹਿਲੇ ਤੇ ਮੁਕਾਲਾ ਮਲਿੰਦਾ ਪਿਆ ਸਾਡਾ ਹੁਣ ਕੋਈ ਨਾ ਸਮਝੇ ਨਾ ਸਮਝੇ ਅੱਤਵੇ ਦੇ ਨਾਲ ਸਾਰੇ ਕਾਫਰਾਂ ਨੇ ਸਾਡੇ ਮੂੰਹ ਕਾਲੇ ਕਰ ਦਿੱਤੇ ਨੇ ਹਾਂਜੀ ਫਰਮਾਇਆ ਜਾ ਰਿਹਾ ਹੈ ਹੋਵਾ ਮੌਲਾ ਕੋ ਤੁਹਾਡਾ ਮੁਸ਼ਕਲ ਗੁਸ਼ਾ ਕੌਣ ਹੈ ਆਜਾ ਦਰਵਾਹ ਕੌਣ ਹੈ ਹਾਂਜੀ ਆ ਬੇਲੀ ਤੇ ਕੋਈ ਹੋਰ ਤਰ੍ਹਾਂ ਦੇ ਗੰਦੇ ਫਿਰਦੇ ਨੇ 99% ਪਾਕਿਸਤਾਨੀ ਆਵਾਮ ਤੇ ਕੁਝ ਹੋਰ ਤੰਦੀ ਲੈਂਦੀ ਫਿਰਦੀ ਹੈ ਹੋਆ ਮੌਲਾ ਕੋ ਅੱਲਾ ਦਾ ਮੈਂ ਮੌਲਾ ਹਾਂਜੀ ਤੇ ਇਹਨਾਂ ਨੂੰ ਹਦੀਸ ਦੀ ਨਹੀਂ ਸਮਝ ਲੱਗਦੀ ਅਖੇ ਅੱਲਾ ਦੇ ਨਬੀ ਨੇ ਆਖਿਆ ਜਿੰਦਾ ਮੈਂ ਮੌਲਾ ਹੁੰਦਾ ਹਜ਼ਰਤ ਅਲੀ ਮੌਲਾ ਅਲੀ ਜਿੰਦਾ ਮੈਂ ਮੁਸ਼ਕਲ ਕੁਛ ਆਉਂਦਾ ਅਲੀ ਮੁਸ਼ਕਲ ਕੁਛ ਹਾਂਜੀ ਤੇ ਉਹ ਵੀ ਪੁੱਠੇ ਸਿੱਧੇ ਉਹ ਤਾਰਕ ਜਮੀਨ ਨੂੰ ਲਾ ਦਿਓ ਨੋਨਾ ਉਹ ਨੋਨੇ ਨੂੰ ਲਾ ਦਿਓ ਤੇ ਜੋ ਮਰਜ਼ੀ ਉਹਦੇ ਕੋਲ ਖਾ ਲਓ ਫਨੇ ਮਲ ਮੌਲਾ ਵਨੇ ਮਨ ਨਸੀਰ ਕੈਸਾ ਪਿਆਰਾ ਮੌਲਾ ਹਾਂਜੀ ਇਸ ਤੋਂ ਉੱਤੇ ਕੋਈ ਲੱਭਣਾ ਜੇ ਹਾਂਜੀ ਨੇ ਮਲ ਮੌਲਾ ਵਨੇ ਮਨ ਨਸੀਰ ऐसा प्यारा ਮਦਦ ਕਰਨ ਗੱਲਾਂ ਖੁੱਲੀਆਂ ਨੇ ਉਹ ਕਿਸੇ ਦੇ ਵਿੱਚ ਇੰਨੀ ਹਿੰਮਤ ਵੀ ਹੋਵੇ ਅੱਛਾ ਦੋ ਚਾਰ ਬੁੱਢੀਆਂ ਨਾ ਕਰਨ ਇਹਨਾਂ ਨੂੰ ਪੁੱਛੋ ਕਿ ਫਿਰ ਕੀ ਹੋ ਜਾਸੀ ਉਹ ਕੋ ਦੋ ਚਾਰ ਸਾਲਾਂ ਜਾਸ਼ੀ ਨਾ ਕਰੋ ਹਾਂਜੀ ਤੇ ਆਏ ਕਿਸੇ ਨੂੰ ਸ਼ੀਨੋ ਇੱਕ ਵਾਰੀ ਬੰਦ ਕਰਦੇ ਆ ਬਾਲਾਂ ਦੀਆਂ ਦੁਆਵਾਂ ਲੈ ਲਓ ਲੇਕਨ ਉਹ ਅੱਗ ਜਿਹੜੀ ਜਹੰਮ ਦੀ ਉਹਨੇ ਵੀ ਤਾਂ ਕਿਸੇ ਨੂੰ ਸਾੜਨਾ ਤੇ ਉਹ ਪੁੱਤਰੋ ਤੁਸੀਂ ਤਿਆਰੀ ਕਰ ਲਓ ਮੁਸਲਮਾਨ ਹੁਕਮਰਾਨ ਤਿਆਰੀ ਵਾਟ ਲਓ واخر دعوانا ان الحمد لله رب العالمين